ਸਾਲ ਹੋ ਗਏ ਦੁਕਾਨ ਨੂੰ, ਪਰ ਬੁਰੇ ਹੀ ਹਾਲ ਸਿਰਫ ਬਸ ਉੱਚ ਹੀ ਹੈ ਜੀ, ਫੋਟੋਆਂ ਪਾਉਣ ਜੋਗੇ, ਅਸੀਂ ਇਹ ਕਰਤਾ ਉਹ ਕਰਤਾ ਕੁਛ ਵੀ ਨਹੀਂ ਹੁੰਦੇ। ਜੇ ਗੌਰਮੈਂਟ ਨਹੀਂ ਬਣਾ ਸਕਦੇ ਸਾਨੂੰ ਦੱਸਦੇ, ਅਸੀਂ ਪੈਸੇ ਪਾ ਕੇ ਬਣਵਾ ਦਿੰਦੇ, ਠੀਕ ਹੈ ਨੀ, ਇਹੋ ਇਹ ਤੋਂ ਵੱਧ ਹੋਰ ਕੁਛ ਨਹੀਂ ਕਰ ਸਕਦੇ। ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜ ਦਰਿਆ ਨਿਊਜ਼ ਦੇ ਵਿੱਚ। ਅੱਜ ਮੈਂ ਪਹੁੰਚ ਚੁੱਕੀ ਹਾਂ ਖਰੜ ਦੇ ਰੰਧਾਵਾ ਰੋਡ ਤੇ। ਜੀ ਹਾਂ, ਇਹ ਹੈ ਖਰੜ ਦਾ ਰੰਧਾਵਾ ਰੋਡ, ਤੇ ਇਹ ਜਿਹੜਾ ਰੋਡ ਜਾਂਦਾ ਇਹ ਹੈ ਸਬਜ਼ੀ ਮੰਡੀ ਨੂੰ ਰੋਡ ਜਾਂਦਾ, ਤੇ ਇਹ ਰੋਡ ਜਾਂਦਾ ਹੈ ਸੁਰਜੀਤ ਦੀ ਡੈਰੀ ਵੱਲ ਦੀ। ਇਸ ਰੋਡ ਦੀ ਕੀ ਹਾਲਤ ਹੈ ਉਹ ਅਸੀਂ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦਾ ਕਿੰਨਾ ਬੁਰਾ ਹਾਲ ਹੈ। ਤੁਸੀਂ ਦੇਖ ਸਕਦੇ ਹੋ ਕਿ ਸੁਰਜੀਤ ਡੈਰੀ ਵਾਲੀ ਸੜਕ ਦਾ ਹਾਲ ਕੀ ਹੈ। ਪਿੱਛੇ ਗੱਡੀ ਆ ਰਹੀ ਹੈ ਤੇ ਉਹ ਕਿਸ ਤਰ੍ਹਾਂ ਜਾਏਗੀ ਉਹ ਵੀ ਦੇਖ ਲੈਣਾ ਤੁਸੀਂ, ਕਿਸ ਤਰ੍ਹਾਂ ਸੜਕ ਦੇ ਖੱਡੇ ਪਏ ਹੋਏ ਨੇ, ਇੱਥੇ ਤੱਕ ਕਿ ਚੈਂਬਰ ਸਾਰੇ ਇਸ ਸੜਕ ਦੇ ਟੁੱਟੇ ਹੋਏ ਨੇ, ਤੇ ਉਦਾਂ ਹੀ ਕੂੜਾ ਬਾਹਰ ਰੱਖਿਆ ਹੋਇਆ, ਕੋਈ ਚੱਕਣ ਵਾਲਾ ਨਹੀਂ ਆਇਆ ਨਾ। ਸਾਰੀ ਸੜਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਸੜਕ ਦਾ ਬੁਰਾ ਹਾਲ ਹੈ। ਆਹ ਵੇਖੋ ਕੈਮਰਾਮੈਨ ਜੀ, ਇੱਧਰ ਦਿਖਾਓ ਕਿਸ ਤਰ੍ਹਾਂ ਸੜਕ ਬਿਲਕੁਲ ਹੀ ਟੁੱਟੀ ਹੋਈ ਹੈ, ਤੇ ਲੋਕਾਂ ਨੂੰ ਆਉਣ ਜਾਣ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਇੱਧਰ ਵੀ ਵੇਖ ਸਕਦੇ ਹੋ ਚੈਂਬਰ ਸਾਰਾ ਟੁੱਟਿਆ ਹੋਇਆ, ਸਮੈਲ ਪੂਰੀ ਆ ਰਹੀ ਹੈ, ਤੇ ਇਹਦੇ ਨਾਲ ਬਿਮਾਰੀ ਹੋਣ ਦਾ ਖਤਰਾ ਵੀ ਲਾਜ਼ਮੀ ਹੈ। ਇਹ ਜਿਹੜੀ ਇਹ ਸੜਕ ਹੈ ਤੁਹਾਡੀ, ਇੱਥੇ ਦੁਕਾਨ ਹੈ, ਤੁਹਾਨੂੰ ਪ੍ਰੋਬਲਮ ਆਉਂਦੀ ਹੋਣੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇੱਥੇ, ਮਤਲਬ ਕਿ ਸਾਰੀ ਟੁੱਟੀ ਪਈ ਹੈ, ਪਾਣੀ ਖੜ੍ਹ ਜਾਂਦਾ ਹੈ, ਬੁਰੇ ਹਾਲ ਹੈ, ਨਾ ਮੋਟਰਸਾਈਕਲਾਂ ਸਕੂਟਰ ਕੁਛ ਲੰਘਦੇ ਨਹੀਂ ਹੈਗੇ, ਬਹੁਤ ਪਰੇਸ਼ਾਨੀ ਆ ਰਹੀ ਹੈ। ਮਤਲਬ ਕਿ ਦੁਕਾਨ 'ਚ ਵੀ, ਮਤਲਬ ਜੇ ਬਣੀ ਨਹੀਂ ਹੋਈ, ਧੂੜ ਮਿੱਟੀ ਵੀ ਬਹੁਤ ਹੈ, ਸਫਾਈ ਕਰਦੇ ਹਾਂ ਫਿਰ ਗੰਦ ਪੈ ਜਾਂਦਾ ਹੈ, ਬੜੀ ਮੁਸ਼ਕਿਲ ਹੋਈ ਪਈ ਸਾਨੂੰ ਤਾਂ। ਇਹ ਜਲਦੀ ਤੋਂ ਜਲਦੀ ਬਣਵਾਓ ਤੁਸੀਂ, ਅਸੀਂ ਵੇਖਿਆ ਵੀ ਐਕਸੀਡੈਂਟ ਵੀ ਹੋ ਲਏ, ਭੀੜ ਵੀ ਬਹੁਤ ਹੋ ਜਾਂਦੀ ਹੈ, ਇੱਥੇ ਜਾਮ ਲੱਗ ਜਾਂਦੇ ਆ ਬੜੇ ਬੜੇ, ਇਸ ਕਰਕੇ ਥੋੜ੍ਹੀ ਕੋਸ਼ਿਸ਼ ਕਰੋ ਵੀ ਜਲਦੀ ਤੋਂ ਜਲਦੀ ਬਣ ਜਾਏ। ਤੁਸੀਂ ਕਿਸੇ ਨੂੰ ਕਿਹਾ ਇਸ ਤੋਂ ਪਹਿਲੇ? ਸਰਕਾਰ ਤੱਕ ਗੁਹਾਰ ਲਗਾਈ ਤੁਸੀਂ? ਕਿਹਾ, ਕਈਆਂ ਨੇ ਕਈ ਵਾਰੀ ਆਏ ਆ ਤਾਂ ਨਹੀਂ ਕਰਿਆ ਕਿਸੇ ਨੂੰ ਕੁਛ, ਮਤਲਬ ਕੋਈ ਹੱਲ ਨਹੀਂ ਹੋਇਆ ਤੁਹਾਡਾ ਹਾਲੇ ਤੱਕ? ਨਹੀਂ ਹੋਇਆ, ਜਦੋਂ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਹੈਗਾ ਸੜਕ ਨੂੰ, ਇਹ ਕਿੰਨੀ ਦੇਰ ਹੋ ਗਈ ਮੈਨੂੰ ਵੀ, ਕਿੰਨੀ ਦੇਰ ਹੋ ਗਈ ਉਹਦੇ, 10 ਸਾਲ ਹੋ ਗਏ ਦੁਕਾਨ ਨੂੰ, ਪਰ ਬੁਰਾ ਹੀ ਹਾਲ ਹੈ। ਸਰਕਾਰ ਵੀ ਬਦਲ ਚੁੱਕੀ ਹੈ, ਫਿਰ ਵੀ ਕੁਛ ਨਹੀਂ? ਫਿਰ ਵੀ ਕੁਛ ਨਹੀਂ ਬਣਿਆ, ਅਜੇ ਤੱਕ ਵੀ ਕੁਛ ਨਹੀਂ ਬਣਿਆ ਹੈ ਇਹਦਾ। ਤੁਸੀਂ ਹੋ ਸਕਦਾ ਤਾਂ ਜਲਦੀ ਤੋਂ ਜਲਦੀ ਕਰੋ ਵੀ ਥੋੜ੍ਹਾ ਸਾਨੂੰ ਵੀ ਆਰਾਮਦਾਰੀ ਮਿਲੇ। ਅਸੀਂ ਵੀ ਗੱਡੀਆਂ ਲੈ ਕੇ ਆਉਂਦੇ ਹਾਂ, 30 ਦਿਨ ਤਾਂ ਪੈਂਚਰ ਹੋ ਜਾਂਦੀਆਂ, ਸਿੱਧੀ ਜਿਹੜੀ ਗੱਲ, ਅਸੀਂ ਪਰੇਸ਼ਾਨ ਹਾਂ ਬਹੁਤ ਜ਼ਿਆਦਾ। ਟੋਏ ਨੇ, ਮਾਫੀ ਚਾਹੁੰਦੀ ਹਾਂ, ਸੜਕ ਦੇ ਵਿੱਚ ਟੋਏ ਨਹੀਂ ਹੈਗੇ, ਬਲਕਿ ਇਹ ਟੋਏ ਦੇ ਵਿੱਚ ਸੜਕ ਹੈ। ਉਸ ਬੰਦੇ ਨੂੰ 21 ਤੋਮਾ ਦੀ ਸਲਾਮੀ ਬਣਦੀ ਹੈ ਜਿਸ ਨੇ ਇਹ ਕੰਮ ਕੀਤਾ ਆ। ਸਰ, ਕੀ ਕਹੋਗੇ ਸੜਕ ਬਾਰੇ? ਤੁਸੀਂ ਹੁਣ ਸਕੂਟੀ ਲੈ ਕੇ ਆਏ ਹੋ, ਖੱਡੇ ਤੁਸੀਂ ਵੇਖੇ ਨੇ। ਮੈਮ, ਤੁਸੀਂ ਦੇਖ ਹੀ ਰਹੇ ਹੋ, ਇੰਨਾ ਬੁਰਾ ਹਾਲ ਹੈ ਵੀ ਜੇ ਕੋਈ ਡਿੱਗ ਜੇ ਕੋਈ ਵਾਲੀ ਵਾਰਿਸ ਨਹੀਂ ਆਏਗਾ ਸੰਭਾਲ। ਸਾਨੂੰ ਇੱਥੇ 7-8 ਸਾਲ ਹੋ ਗਏ ਆ, ਅਸੀਂ ਤਾਂ ਕਦੀ ਰਿਪੇਅਰ ਹੁੰਦੇ ਵੀ ਨਹੀਂ ਦੇਖੀ। ਉਹ ਜਿਨ੍ਹਾਂ ਦੇ ਘਰ ਦਾ ਕੋਈ ਸਮਾਨ ਬਚਿਆ ਖੁਚਿਆ ਹੁੰਦਾ, ਜਿਸਦਾ ਕੋਈ ਮੇਨਟੇਨੈਂਸ ਕਰਦਾ, ਉਹ ਭਰ ਜਾਂਦਾ ਟੋਏ, ਟੈਂਪਰੇਰੀ ਕੰਮ ਹੁੰਦਾ। ਮੈਂ ਰਹਿੰਦਾ ਜੀ ਰੰਧਾਵਾ ਰੋਡ 'ਤੇ NRI ਕਲੋਨੀ ਤੋਂ, ਉਹਦਾ ਮੋੜ ਮੁੜੋ ਤੁਸੀਂ, ਪਿਛਲੇ 5 ਸਾਲਾਂ ਤੋਂ ਟੁੱਟਿਆ ਹੋਇਆ, ਕੋਈ ਨਹੀਂ ਆਉਂਦਾ, ਨਾ ਕੋਈ MC ਆਉਂਦਾ ਰਿਪੇਅਰ ਕਰਾਉਣ, ਜੇ ਸਕਿੱਟ ਹੋ ਜਾਏ ਕੋਈ, ਸੱਟ ਲੱਗ ਜਾਏ, ਕੋਈ ਇੱਥੇ ਜ਼ਿੰਮੇਵਾਰੀ ਨਹੀਂ ਹੈਗੀ। ਖਰੜ ਦਾ ਇੰਨਾ ਬੁਰਾ ਹਾਲ ਹੈ, ਨਾ ਕੋਈ MC, ਨਾ ਕੋਈ ਇੱਥੇ MLA, ਕੋਈ ਵੀ ਨਹੀਂ ਇੱਥੇ ਆ ਰਿਹਾ ਵੀ ਜਿਹੜਾ ਕੋਈ ਇੱਥੇ ਹਾਲ ਚਾਲ ਪੁੱਛੇ, ਤੁਸੀਂ ਆਪੇ ਖੁਦ ਦੇਖ ਲਓ, ਇੰਨੇ ਟੋਏ ਹੈ। ਪਾਣੀ ਹੁੰਦਾ, ਕਿਸੇ ਨੂੰ ਪਤਾ ਥੋੜ੍ਹਾ ਚੱਲਦਾ ਨੀਚੇ ਕਿੰਨਾ ਕੁ ਗਹਿਰਾ ਹੈ, ਅਗਰ ਕੋਈ ਡਿੱਗ ਜਾਏ ਤਾਂ ਕੌਣ ਜ਼ਿੰਮੇਵਾਰ ਹੋਏਗਾ? ਇਸ ਕਰਕੇ ਕੋਈ ਵੀ ਜੋ MC ਹੈ ਇਹਨੂੰ ਰਿਪੇਅਰ ਕਰਾਓ, ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਏ।
ਸਿਰਫ ਬਸ ਉੱਥੇ ਹੀ ਹੈ ਜੀ ਫੋਟੋਆਂ ਪਾਉਣ ਜੋਗੇ, ਅਸੀਂ ਇਹ ਕਰਤਾ ਉਹ ਕਰਤਾ ਕੁਛ ਵੀ ਨਹੀਂ। ਦੇਖ ਲਓ ਬਿਲਕੁਲ ਸਰਕਾਰ ਵੀ ਬਦਲ ਚੁੱਕੀ ਹੈ, ਸਰਕਾਰ ਨੂੰ ਵੀ ਬਹੁਤ ਟਾਈਮ ਹੋ ਚੁੱਕਾ। ਸਰਕਾਰ ਤੇ ਬਾਅਦ ਚੋਂ ਦੀ ਪਹਿਲੇ MC ਹੁੰਦਾ ਜੀ, MC ਪਹਿਲੇ ਛੋਟੇ ਲੈਵਲ 'ਚ ਹੁੰਦਾ, ਫਿਰ MLA ਹੁੰਦਾ ਜੀ। ਪਹਿਲੇ ਕੁਛ ਕਰਾਓ ਤਾਂ ਸਹੀ, ਜੇ ਕੋਈ ਸੱਟ ਲੱਗ ਜਾਏ ਤਾਂ ਕੌਣ ਜ਼ਿੰਮੇਵਾਰ ਹੋਏਗਾ? ਤੁਸੀਂ ਆਪੇ ਦੇਖੋ, ਵੀਡੀਓ ਬਣਾਓ, NRI ਕਲੋਨੀ ਦਾ ਮੋੜ ਕੇ ਦੇਖੋ। ਸੰਤ 5 ਸਾਲਾਂ 'ਚ ਕੋਈ ਨਹੀਂ ਰਿਪੇਅਰ ਕਰਨ ਵਾਲਾ ਆਇਆ। ਆ ਪਿਛਲੇ ਹਫ਼ਤੇ ਕਿਸੇ ਦੇ ਘਰ ਦੀ ਟਾਈਲਾਂ ਟੁੱਟੀਆਂ, ਉਹ ਟਾਈਲਾਂ ਦਾ ਢੇਰ ਉੱਥੇ ਸੁੱਟ ਕੇ ਚਲੇ ਗਿਆ। ਤੁਸੀਂ ਇੱਕ ਵਾਰੀ ਜਾ ਕੇ ਵੀਡੀਓ ਬਣਾਇਓ, ਟਾਈਲਾਂ ਸਕਿੱਟ ਕਰਦੀਆਂ, ਤੁਸੀਂ ਦੇਖੋ ਤਾਂ ਸਹੀ ਟਾਈਲਾਂ ਦਾ ਕੀ ਹਾਲ ਆ। ਸੜਕ 'ਤੇ ਟਾਈਲਾਂ ਥੋੜ੍ਹਾ ਕੋਈ ਸੁੱਟਦਾ, ਉਹ ਟੋਇਆ ਭਰਨ ਲਈ ਜੀ ਟਾਈਲਾਂ ਸੁੱਟ ਦਿੰਦੇ ਆ। ਟਾਈਲਾਂ ਸੁੱਟਤੀਆਂ ਜੀ, ਚਲੋ ਜੀ, MC ਨੇ ਤਾਂ ਕਰਾਉਣਾ ਨਹੀਂ, ਕਿਸੇ ਨੇ ਨਹੀਂ ਕਰਾਉਣਾ। ਹੁਣ ਜਿਹਦੇ ਵੀ ਅੰਡਰ ਆਉਂਦਾ ਸਾਨੂੰ ਨਹੀਂ ਪਤਾ, ਸਾਨੂੰ ਤਾਂ ਰਿਪੇਅਰ ਨਾਲ ਮਤਲਬ ਹੈ। ਕੋਈ ਵੀ ਕਰਾਏ, ਕੰਮ ਦਿਖੇ ਤਾਂ ਸਹੀ, ਹੋਏਗਾ ਤਾਂ ਦਿਖੇਗਾ। ਅਤੇ ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਜੇ MC ਹੈਗਾ ਜਾਂ MLA ਜੋ ਕੋਈ ਵੀ ਹੈ ਹਲਕੇ ਦਾ, ਉਹ ਆ ਕੇ ਇੱਥੇ ਕੰਮ ਕਰਾਏ, ਪਹਿਲੇ ਆਪੇ ਆ ਕੇ ਤਾਂ ਵਿਜ਼ਿਟ ਕਰਨ। ਅਸੀਂ ਤਾਂ ਕਦੀ ਸ਼ਕਲ ਨਹੀਂ ਦੇਖੀ। ਅਤੇ ਪਲੀਜ਼ ਇਹਨੂੰ ਕਰਵਾਓ ਜੇ ਕਰ ਸਕਦੇ ਹੋ, ਨਹੀਂ ਤਾਂ ਸੱਟ ਲੱਗਣ ਤੋਂ ਬਾਅਦ, ਕਿਸੇ ਦਾ ਨੁਕਸਾਨ ਹੋਣ ਤੋਂ ਬਾਅਦ ਕਿਰਾਏ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕ 300-400 meters ਦੀ ਹੈ, ਅਤੇ ਸੜਕ ਦੇ ਵਿੱਚ ਇੰਨੇ ਜ਼ਿਆਦਾ ਟੋਏ ਨੇ ਕਿ ਇੱਥੇ ਤੱਕ ਹੈ ਕਿ ਇੱਥੇ ਲੋਕਾਂ ਦੇ ਕਈ ਐਕਸੀਡੈਂਟ ਵੀ ਹੋ ਚੁੱਕੇ ਨੇ। ਅਸੀਂ ਕਹਿ ਸਕਦੇ ਹਾਂ ਜਿਵੇਂ ਕਹਿੰਦੇ ਹੁੰਦੇ ਨੇ ਕਿ ਇੱਕ ਪੁਰਾਣਾ ਦੋਨੋਂ ਘਰਾਂ ਦੇ ਵਿੱਚ ਭੁੱਖਾ ਰਹਿ ਜਾਂਦਾ, ਉਹ ਗੱਲ ਇੱਥੇ ਢੁੱਕਦੀ ਹੈ ਕਿਉਂਕਿ ਇਹ ਸੜਕ ਦੇ 2 MC ਨੇ, ਇੱਧਰਲੇ ਪਾਸੇ ਜਸਲੀਨ ਕੌਰ ਹੈ ਅਤੇ ਇੱਧਰਲੇ ਪਾਸੇ ਨੀਲਮ ਸ਼ਰਮਾ। 2 MC ਹੋਣ ਦੇ ਬਾਵਜੂਦ ਵੀ ਇਸ ਸੜਕ ਦਾ ਕੋਈ ਵੀ ਪੁੱਛ ਗਿੱਛ ਨਹੀਂ ਕਰ ਰਿਹਾ। ਇਸ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਲੋਕ MC ਕੋਲ ਜਾ ਕੇ ਵੀ ਗੁਹਾਰ ਲਗਾ ਚੁੱਕੇ ਨੇ, ਲੇਕਿਨ ਇਹ ਦੋਨੋਂ MC ਚੁੱਪ ਚਾਪ ਬੈਠੀਆਂ ਨੇ, ਸੜਕ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਕੀ ਕਹੋਗੇ ਸਰ ਸੜਕ ਬਾਰੇ? ਮੈਡਮ, ਸੜਕ ਬਾਰੇ ਕੀ ਕਹੀਏ, ਆਪਾਂ ਪੈਸੇ ਪਿਛਲੇ 10 ਸਾਲ ਤੋਂ ਦੇਖ ਰਹੇ ਹਾਂ, ਨਰਕ ਹੈ। ਇੱਥੇ ਅਸੀਂ ਗੱਡੀ ਨੂੰ 500 ਰੁਪਈਆ ਦੇ ਕੇ ਧੁਆ ਕੇ ਲਿਆਉਂਦੇ ਹਾਂ, ਘਰ ਪਹੁੰਚਦੇ ਪਹੁੰਚਦੇ ਫਿਰ ਸੇਮ ਹੋ ਜਾਂਦੀ ਹੈ ਕੰਡੀਸ਼ਨ ਉਹਦੀ। ਜੇ ਗੌਰਮੈਂਟ ਨਹੀਂ ਬਣਾ ਸਕਦੀ, ਸਾਨੂੰ ਦੱਸਦੇ ਅਸੀਂ ਪੈਸੇ ਪਾ ਕੇ ਬਣਵਾ ਦਿੰਦੇ ਹਾਂ, ਠੀਕ ਹੈ ਨਾ। ਇਹੋ ਇਹ ਤੋਂ ਵੱਧ ਹੋਰ ਕੁਛ ਨਹੀਂ ਕਰ ਸਕਦੇ। ਤੰਗ ਹੋ ਗਏ ਬੱਚੇ, ਆਉਣਾ ਮੁਸ਼ਕਲ ਹੈ। ਬਰਸਾਤ ਅਜੇ ਵਾਲੇ ਹੁੰਦੀ ਹੈ, ਗੰਦ ਪਹਿਲਾਂ ਇੱਥੇ ਆ ਜਾਂਦਾ। ਅਤੇ ਮਿਹਰਬਾਨੀ ਕਰਕੇ, ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਆਏ ਹੋ ਸਾਡੇ ਕੋਲ ਸਾਡੀ ਪ੍ਰੋਬਲਮ ਸਮਝਣ ਵਾਸਤੇ, ਅਤੇ ਪ੍ਰਸ਼ਾਸਨ ਦੇ ਕੰਨਾਂ 'ਤੇ ਪਹੁੰਚਾ ਦਿਓ ਤਾਂ ਕਿ ਥੋੜ੍ਹਾ ਜਿਹਾ ਮਿਹਰਬਾਨੀ ਕਰਨ, ਠੀਕ ਹੈ ਨਾ। ਗੱਲ, ਇਹ ਗਰੀਬ ਲੋਕ ਹੈ, ਇਹਨਾਂ ਨੇ ਬਹੁਤ ਵੋਟਾਂ ਪਾਈਆਂ ਨੇ ਇਹਨਾਂ ਲੋਕਾਂ ਨੂੰ, ਪਰ ਵੋਟ ਦੀ ਕੀਮਤ ਨਹੀਂ ਸਮਝਦੇ, ਹੈ ਨਾ। ਹੁਣ ਦੁਬਾਰਾ ਵੋਟਾਂ ਆਉਣ ਵਾਲੀਆਂ ਨੇ, ਫਿਰ ਇਹਨਾਂ ਨੇ ਅੱਗੇ ਹੱਥ ਜੋੜਨੇ ਸਾਡੇ, ਫਿਰ ਇਹਨਾਂ ਬਾਪੂ ਵੀ ਕਹਿਣਾ ਸਾਨੂੰ ਵੀ ਬਾਪੂ ਦੱਸੋ ਕਿਹੜਾ ਕੰਮ ਤੁਹਾਡਾ ਕਰਨ ਵਾਲਾ ਕਰਦੀ ਹੈ ਅਸੀਂ, ਹੈਂ, ਫਿਰ ਅਸੀਂ ਦਿਖਾਵਾਂਗੇ ਹੱਥ ਇਹਨਾਂ ਨੂੰ, ਠੀਕ ਹੈ ਨਾ। ਅਤੇ ਬਹੁਤ ਬਹੁਤ ਮਿਹਰਬਾਨੀ, ਚੌਹਾਨ ਸਾਹਿਬ ਦੀ ਮਿਹਰਬਾਨੀ, ਆਏ ਨੇ ਤੁਸੀਂ ਸਾਡੇ ਕੋਲ, ਤਾਂ ਦੇਖ ਹੀ ਲਓ ਤੁਸੀਂ, ਅਸੀਂ ਦੱਸਣ ਦੀ ਲੋੜ ਹੀ ਨਹੀਂ ਹੈ, ਹੈ ਨਾ। ਇਹ ਤਾਂ ਉੱਪਰਾਲਾ ਵੀ ਵੇਖ ਰਿਹਾ, ਥੈਂਕ ਯੂ, ਮਿਹਰਬਾਨੀ, ਪਹੁੰਚਾ ਦਿਓ ਪ੍ਰਸ਼ਾਸਨ ਤੱਕ। ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਜੀ, ਜੋ ਸਾਬਕਾ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਅਤੇ ਇਸ ਵਾਰਡ ਦੇ MC ਵੀ ਰਹਿ ਚੁੱਕੇ ਨੇ। ਉਹਨਾਂ ਦੇ ਨਾਲ ਇਸ ਬਾਰੇ ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੋਗੇ ਸਰ? ਸੜਕ ਦਾ ਹਾਲ ਬਹੁਤ ਜ਼ਿਆਦਾ ਬੁਰਾ, ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ। ਦੇਖੋ ਜੀ, ਸੜਕ 'ਤੇ ਥਾਂ ਥਾਂ ਗੱਡੇ ਪਏ ਹੋਏ ਆ। ਆਪਾਂ ਜਦੋਂ ਗੁਰਦੁਆਰਾ ਵੱਲ ਤੋਂ ਲਾਂਡਰ ਰੋਡ ਤੋਂ ਬੜੀਏ ਤਾਂ ਇਸੇ ਮੰਡੀ ਵੱਲ ਜਾਈਏ ਤਾਂ ਮੰਡੀ 'ਚ ਆਪਣੀ ਜਿਹੜੀ ਗੱਡੀ ਹੈ ਉਹ ਮੈਂ 2-3 ਵਾਰੀ, ਮੇਰੇ ਕੋਲ ਵੀ ਬਰੀਜ਼ ਹੈ, ਮੈਂ ਤਾਂ ਉਹਦੀ ਗੱਡੀ 'ਚ 4-5 ਮਹੀਨੇ 'ਚ 3-4 ਵਾਰੀ ਅਲਾਈਨਮੈਂਟ ਅਤੇ ਵੀਲ ਬੈਲੈਂਸ ਕਰਾ ਚੁੱਕੇ ਹਾਂ, ਕਿਉਂਕਿ ਇੰਨੇ ਗੱਡੇ ਆ ਕਿ ਉਹ ਖਰਾਬ ਹੋ ਜਾਂਦੀ ਹੈ। ਮਹੱਲਾ ਨਿਵਾਸੀਆਂ ਨੇ ਮਿਲ ਕੇ ਕਈ ਵਾਰੀ ਕਮੇਟੀ GO ਸਾਹਿਬ ਨੂੰ ਤਾਂ ਕਹਿ ਚੁੱਕੇ ਹਾਂ, ਪਰ ਕੋਈ ਵੀ ਇੱਥੇ ਉਹ ਕੰਮ ਕਰਕੇ ਰਾਜ਼ੀ ਨਹੀਂ। ਜਿਹੜੇ ਮਿਊਂਸੀਪਲ ਕੌਂਸਲ ਬਣੇ ਆ ਸਾਡੇ ਇੱਥੇ ਵਾਰਡ ਦੇ, ਉਹ ਕਦੇ ਕਿਸੇ ਪਾਰਟੀ ਚਲੇ ਜਾਂਦੇ, ਕਦੇ ਕਿਸੇ ਪਾਰਟੀ ਚਲੇ ਜਾਂਦੇ। MCਆਂ ਦਾ ਇਹ ਹਾਲ ਹੈ ਕਿ ਕੋਈ MC ਕੰਮ ਕਰਕੇ ਰਾਜ਼ੀ ਨਹੀਂ। ਜਦੋਂ ਬਰਸਾਤ ਆਉਂਦੀ ਹੈ ਤਾਂ ਡੱਡੂਆਂ ਵਾਂਗੂ ਬਾਹਰ ਨਿਕਲ ਜਾਂਦੇ ਆ, ਪਰ ਉਸ ਤੋਂ ਪਹਿਲਾਂ ਨਾ ਤਾਂ ਸਾਡੇ ਵਾਰਡ ਦੀ ਅੱਜ ਤੱਕ ਕਿਸੇ ਨੇ ਜਿਹੜੀ ਡਰੇਨ ਵਾਟਰ ਦੇ ਪਾਣੀ ਦੀ ਪਾਈਪਾਂ ਜਾਂਦੀਆਂ ਉਹ ਸਫਾਈ ਹੋਈ ਹੈ। ਅੱਜ ਮੈਂ ਖੁਦ ਫੋਨ ਕਰਕੇ ਜਿਹੜਾ ਵਾਰਡ ਦਾ ਸਾਡੇ ਦਾ ਸਫਾਈ ਦਾ ਠੇਕੇਦਾਰ ਉਹਨੂੰ ਕਿਹਾ ਕਿ ਤੁਸੀਂ ਸਾਡੇ ਗਲੀਆਂ ਦੀਆਂ
ਜਿਹੜੀਆਂ ਮਿੱਟੀ ਨਾਲ ਪੇਪਰ ਰੁਕੀਆਂ ਹੋਈਆਂ ਸਾਫ਼ ਕਰੋ। ਅਤੇ ਮੈਂ ਹਰਦਰਸ਼ਨ ਸਿੰਘ ਹੈ ਜਿਹੜੇ ਸੈਂਟਰ ਇੰਸਪੈਕਟਰ ਉਹਨਾਂ ਨੂੰ ਵੀ ਕਿਹਾ ਉਹ ਕੱਲ੍ਹ ਨੂੰ ਗੱਡੀ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਪਾਈਪਾਂ ਸਾਫ਼ ਹੋ ਸਕਣ ਅਤੇ ਬਰਸਾਤੀ ਪਾਣੀ ਆਰਾਮ ਨਾਲ ਨਿਕਲ ਸਕੇ। ਚੋਈ ਜਿਹੜੀ ਸਾਡੀ ਐਡੀ ਪੁਰਾਣੀ ਹੈ ਉਹ 50-60 ਫੁੱਟ ਚੌੜੀ ਹੁੰਦੀ ਸੀ, ਅੱਜ ਉਹ 10-11 ਫੁੱਟ ਰਹਿ ਗਈ ਹੈ। ਲੋਕਾਂ ਨੇ ਦੱਬ ਲਈ ਹੈ, ਬਿਲਡਰਾਂ ਨੇ ਦੱਬ ਲਈ ਹੈ, ਉਹਨਾਂ ਤੋਂ ਛੁਡਾ ਕੇ ਚੋਈ ਨੂੰ ਜਿਹੜਾ ਪਾਣੀ ਹੈ ਉਹ ਪ੍ਰੋਪਰ ਲੰਘਣਾ ਚਾਹੀਏ। ਆਰਿਆ ਕਾਲਜ ਰੋਡ 'ਤੇ ਸਾਡਾ ਜਾਮ ਲੱਗ ਜਾਂਦਾ, ਜਦੋਂ ਥੋੜ੍ਹਾ ਜਿਹਾ ਮੀਂਹ ਪੈਂਦਾ ਆਰਿਆ ਕਾਲਜ ਰੋਡ ਪਾਣੀ ਨਾਲ ਭਰ ਜਾਂਦਾ। ਉਹ ਐਡਾ ਵੱਡਾ ਨਾਲਾ ਬਣਾਇਆ ਜੀ, ਪਰ ਉਹਨੂੰ ਕਦੇ ਮੁੜ ਕੇ ਸਫਾਈ ਨਹੀਂ ਕਰਦੇ। ਇਹ ਠੇਕੇ ਜਿਹੜੇ ਸਪੈਸ਼ਲ ਨਾਲੇ ਦੇ ਠੇਕੇ ਦਿੱਤੇ ਜਾਂਦੇ ਕਮੇਟੀ ਵੱਲੋਂ, ਜਦੋਂ ਅਸੀਂ ਵੀ ਪ੍ਰਧਾਨ ਸੀਗੇ, ਮੈਂ ਪ੍ਰਧਾਨ ਸੀਗਾ ਮਿਊਂਸੀਪਲ ਕੌਂਸਲ ਰਿਹਾ, ਤਾਂ ਵਾਰਡ ਦੇ ਪ੍ਰੋਪਰ ਜਿਹੜੀ ਅਸੀਂ ਸਫਾਈ ਕਰਾਉਂਦੇ ਹੁੰਦੇ ਸੀ, 15-12 ਸਫਾਈ ਦਾ ਬਣਾਉਂਦੇ ਸੀ ਬਰਸਾਤਾਂ ਤੋਂ ਪਹਿਲਾਂ, ਤਾਂ ਕਿ ਬਰਸਾਤਾਂ ਵਿੱਚ ਪਾਣੀ ਨਾ ਰੁਕੇ ਗਲੀਆਂ 'ਚ। ਸਾਰੀਆਂ ਗਲੀਆਂ 'ਚ ਅਸੀਂ ਰੋਡ ਗਲੀਆਂ ਰੋਡ ਪਾਈਪਾਂ ਪਾਈਆਂ ਸੀਗੀਆਂ ਤਾਂ ਕਿ ਬਰਸਾਤੀ ਪਾਣੀ ਨਿਕਲੇ, ਪਰ ਅੱਜ ਕੋਈ ਧਿਆਨ ਨਹੀਂ ਦੇ ਰਿਹਾ। ਸ਼ਹਿਰ ਦਾ ਬਹੁਤ ਬੁਰਾ ਹਾਲ ਹੈ, ਥਾਂ ਥਾਂ ਪਾਣੀ ਖੜਦਾ। ਕੱਲ੍ਹ ਮੈਂ ਮੁੰਡੀ ਖੜ ਸਾਡੀ ਦੁਕਾਨ ਹੈ ਮੈਡੀਕਲ ਸਟੋਰ, ਅੱਧੇ ਘੰਟੇ 'ਚ ਉੱਥੇ ਪਹੁੰਚਿਆ, ਕਿਉਂਕਿ ਜਿਹੜੇ ਇਹਨਾਂ ਨੇ ਨਾਲਾ ਬਣਾਇਆ ਗੋਪਾਲ ਸਵੀਟਸ ਦੇ ਕੋਲ ਉੱਥੇ ਜਾਮ ਸੀਗਾ ਪਾਣੀ ਕਰਕੇ, ਥੋੜ੍ਹਾ ਜਿਹਾ ਪਾਣੀ ਮੀਂਹ ਨਾਲ ਪਾਣੀ ਇਕੱਠਾ ਹੋ ਗਿਆ, ਜਾਮ ਲੱਗਿਆ ਸੀਗਾ। ਕੋਈ ਧਿਆਨ ਨਹੀਂ ਦੇ ਰਿਹਾ, ਮੇਰਾ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਹੀ ਧਿਆਨ ਹੈ ਕਿ ਖਰੜ ਸ਼ਹਿਰ ਸਾਡਾ ਬਹੁਤ ਵਧੀਆ ਸ਼ਹਿਰ ਹੈ, ਇਹਨੂੰ ਹਰਿਆ ਭਰਿਆ ਕਰੋ, ਨਵੇਂ ਬੂਟੇ ਲਾਓ। ਹਰ ਵਾਰ ਸਰਕਾਰ ਕਮੇਟੀ ਨੂੰ ਬੂਟੇ ਦਿੰਦੀ ਹੈ ਪਰ ਕੋਈ ਬੂਟੇ ਨਹੀਂ ਲਾਉਂਦਾ। ਬੂਟੇ ਲਾਉਣ ਨਾਲ ਸਾਡੀ ਜਿਹੜੀ ਗ੍ਰੀਨਰੀ ਆਏਗੀ, ਮੌਸਮ ਠੀਕ ਹੋਏਗਾ। ਜਿਹੜੀ ਇੰਨੀ ਗਰਮੀ ਪੈ ਰਹੀ ਹੈ, ਮੈਂ ਤਾਂ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਮਹੱਲਾ ਨਿਵਾਸੀਆਂ ਨੂੰ ਵਾਰਡ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣੇ ਘਰ ਦੇ ਅੱਗੇ ਇੱਕ ਛੋਟਾ ਬੂਟਾ ਹੀ ਲਾ ਲਓ ਤਾਂ ਕਿ ਹਰਿਆਲੀ ਹੋਵੇ। ਪੰਛੀਆਂ ਵਾਸਤੇ ਪਾਣੀ ਰੱਖੋ ਤਾਂ ਕਿ ਪੰਛੀਆਂ ਨੂੰ ਪੀਣ ਲਈ ਪਾਣੀ ਮਿਲੇ, ਕਿਉਂਕਿ ਸਾਡੇ ਟੋਭੇ ਜਿਹੜੇ ਬੰਦ ਹੋ ਚੁੱਕੇ ਹੈ। ਪਹਿਲਾਂ ਖਰੜ ਦੇ ਵਿੱਚ ਅਨੇਕਾਂ ਟੋਭੇ ਹੁੰਦੇ ਸੀ, ਜਿਹੜਾ ਪਾਣੀ ਸੀਗਾ ਉਹ ਟੋਭਿਆਂ ਜਾਂਦਾ ਸੀਗਾ, ਹੁਣ ਟੋਭੇ ਹੀ ਬੰਦ ਹੈ। ਪੰਛੀਆਂ ਲਈ ਜਾਨਵਰਾਂ ਲਈ ਪਾਣੀ ਬਾਹਰ ਰੱਖੋ। ਮੈਂ ਯੂ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੀ ਪਾਰਕ ਸਟ੍ਰੀਟ ਹੈ ਉਹ ਨੀਵੀਂ ਹੋ ਚੁੱਕੀ ਹੈ ਹੁਣ ਗਲੀ, ਅਤੇ ਜਿਹੜੀ ਲਾਂਡਨ ਰੋਡ ਸੜਕ ਹੈ ਜਿੱਥੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਖੜ੍ਹਦੇ ਉਹ ਉੱਚੀ ਹੋ ਚੁੱਕੀ ਹੈ। ਉਹ ਸਾਰਾ ਰੋਡ ਦਾ ਪਾਣੀ ਸਾਡੀ ਗਲੀ 'ਚ ਆਉਂਦਾ ਪਾਰਕ ਸਟ੍ਰੀਟ 'ਚ, ਉੱਥੇ ਉਹਨੂੰ ਥੋੜ੍ਹਾ ਜਿਹਾ ਮੂਹਰੇ 20 ਫੁੱਟ ਸਾਰੇ ਗਲੀ ਵਾਲੇ ਵਿੱਚ ਆਉਂਦੇ ਹੈ ਕਿ 20 ਫੁੱਟ ਉਹਨੂੰ ਉੱਚਾ ਕਰਕੇ ਸੜਕ ਨਾਲੋਂ ਰੈਂਪ ਜਿਹਾ ਬਣਾ ਦੇਣ ਤਾਂ ਕਿ ਪਾਣੀ ਅੰਦਰ ਨਾ ਜਾਵੇ। ਅਤੇ ਜਿਹੜਾ ਰੋਡ ਦੇ ਨਾਲ ਨਾਲ ਨਾਲਾ ਬਣਿਆ ਹੋਇਆ ਸੋਢੀ ਸਪੀਡ ਕੋਲ, ਉਹਦਾ ਪੁਰਾਣਾ ਡੰਪ ਹੈ ਜੀ, ਜਦੋਂ ਅਸੀਂ MC ਸੀਗੇ ਤਾਂ ਮੈਂ ਉਹ ਡੰਪ ਸਾਫ਼ ਕਰਾਇਆ ਸੀ। ਉਹਦੇ ਵਿੱਚੋਂ ਲਗਭਗ 8-10 ਟਰਾਲੀਆਂ ਫੈਂਸੀ ਦੀਆਂ ਜਿਹੜੀਆਂ ਪਹਿਲਾਂ ਲੋਕ ਪੀਂਦੇ ਸੀਗੇ, ਤੁਸੀਂ ਮੈਡੀਸਨ ਜਿਹੜਾ ਲੈਂਦੇ ਆਪਾਂ ਇਹ ਨਸ਼ਾ ਕਰਦੇ ਹਾਂ, ਉਹਦੀਆਂ ਸ਼ੀਸ਼ੀਆਂ ਨਿਕਲਿਆ ਸੀਗੀਆਂ 8-10 ਟਰਾਲੀਆਂ। ਉਹਨੂੰ ਦੁਬਾਰੇ ਉਹ ਡੰਪ ਨੂੰ ਸੋਢੀ ਸਕੂਲ ਦੇ ਕੋਲ ਸਾਫ਼ ਕਰਾਇਆ ਜਾਵੇ ਤਾਂ ਕਿ ਜਿਹੜਾ ਪਾਣੀ ਆ ਪ੍ਰੋਪਰ ਚੱਲ ਜਾਵੇ। ਤੁਹਾਨੂੰ ਕੀ ਕਹੋਗੇ ਸਰ, ਤੁਹਾਡੀ ਦੁਕਾਨ ਇੱਥੇ ਲੱਗ ਗਈ ਹੈ ਸੜਕ ਦੇ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਹੁਤ ਬੁਰਾ ਹਾਲ ਹੈ, ਇੱਥੇ ਪਾਣੀ ਖੜ੍ਹ ਜਾਂਦਾ ਜੀ ਆ ਕੇ, ਕਾਫ਼ੀ ਟਾਈਮ ਹੋ ਗਿਆ ਅਸੀਂ ਦੇਖ ਰਹੇ ਹਾਂ ਕਿ ਸੜਕ ਤਾਂ ਬਣ ਹੀ ਨਹੀਂ ਰਹੀ ਹੈ ਇਹ। ਬਸ ਇਹੀ ਹੈ ਜੀ, ਸਾਰੇ ਜਿਹੜੇ ਲੰਘਦੇ ਵੜਦੇ ਬੰਦੇ ਆ ਉਹਨਾਂ ਨੂੰ ਵੀ ਔਖੀ ਹੁੰਦੀ ਹੈ। MC ਵਗੈਰਾ ਨੂੰ ਇੱਕ ਦੋ ਵਾਰੀ ਕਿਹਾ, ਉਹ ਕਹਿੰਦੇ ਆ ਵੀ ਮਤਾ ਪਾਸ ਹੋਇਆ ਪਿੱਛੋਂ ਵੀ ਹਾਂ ਬਣ ਜਾਏਗੀ 1-2 ਦਿਨ ਤੱਕ, ਬਾਕੀ ਕਹਿੰਦੇ ਵੀ ਕਈ ਕੁਝ ਘਰਾਂ ਵਾਲੇ ਵੀ ਕਹਿੰਦੇ ਇੱਧਰ ਵੀ ਰੋਕ ਦਿੰਦੇ ਆ, ਕਹਿੰਦੇ ਵੀ ਸੜਕ ਉੱਚੀ ਹੋ ਜਾਣੀ ਅਤੇ ਸਾਡੇ ਘਰਾਂ 'ਚ ਪਾਣੀ ਆਊਗਾ। ਮਤਲਬ ਪਤਾ ਨਹੀਂ ਹੁਣ ਅਸੀਂ ਕਿਹੜਾ ਔਨ ਫੀਲਡ ਜਾ ਕੇ ਪੁੱਛਿਆ ਕਿਸੇ ਘਰ ਵਾਲਿਆਂ ਨੂੰ ਵੀ, ਸਾਨੂੰ ਤਾਂ ਇੱਦਾਂ ਵੀ ਬਣੀ ਨਹੀਂ, ਕਾਫ਼ੀ ਟਾਈਮ ਹੋ ਗਿਆ ਅਸੀਂ 3-4 ਸਾਲ ਹੋ ਗਏ ਦੇਖ ਰਹੇ ਹਾਂ, ਸੜਕ ਦਾ ਬੁਰਾ ਹਾਲ ਹੈ। ਮੇਨ ਅਨਾਜ ਮੰਡੀ ਹੈ ਇੱਥੇ ਕੋਲ, ਅਤੇ ਮਤਲਬ ਮੇਨ ਸੜਕ ਹੀ ਹੋ ਗਈ ਇੱਕ ਤਰੀਕੇ ਦੀ, ਸਾਰੇ ਮਤਲਬ ਸ਼ਹਿਰ ਵਾਸੀ ਇੱਧਰ ਨੂੰ ਲੰਘਦੇ ਆ, ਮੰਡੀ ਵੱਲ ਤਾਂ ਸਾਰਿਆਂ ਨੂੰ ਲੋੜ ਹੀ ਪੈਂਦੀ ਹੈ। ਤੁਸੀਂ ਦੇਖਿਆ ਕਿ ਇਹ ਸੜਕ ਦੇ ਹਾਲਾਤ ਕੀ ਨੇ, ਤੁਹਾਨੂੰ ਦਿਖਾ ਚੁੱਕੇ ਹਾਂ, ਆਉਂਦੇ ਜਾਂਦੇ ਲੋਕ ਖੁਦ ਸਾਨੂੰ ਦੱਸ ਕੇ ਗਏ ਨੇ ਕਿ ਉਹਨਾਂ ਨੂੰ ਇਸ ਸੜਕ ਤੋਂ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ। ਇਹ ਸੜਕ ਬਹੁਤ ਹੀ ਖਾਸ ਹੈ ਕਿਉਂਕਿ ਇਹ ਸੜਕਾਂ 'ਤੇ ਹਜ਼ਾਰਾਂ ਲੋਕ ਡੇਲੀ ਲੰਘਦੇ ਨੇ, ਕਿਉਂ
ਕਿਉਂਕਿ ਇਹ ਸੜਕ ਸਿੱਧੀ ਸਬਜ਼ੀ ਮੰਡੀ ਵੱਲ ਨੂੰ ਜਾਂਦੀ ਹੈ ਅਤੇ ਲੋਕ ਸੁਬਹਾ ਸ਼ਾਮ ਰਾਤ ਨੂੰ ਇਸ ਸੜਕ ਤੋਂ ਗੁਜ਼ਰਦੇ ਨੇ। ਪਰ ਅਸੀਂ ਸਾਡੇ ਪੰਜ ਦਰਿਆ ਨਿਊਜ਼ ਦੇ ਵੱਲੋਂ ਪ੍ਰਸ਼ਾਸਨ ਨੂੰ ਇਹੀ ਗੁਹਾਰ ਲਗਾਉਂਦੇ ਹਾਂ ਕਿ ਸਾਡੇ ਵੱਲੋਂ ਬਹੁਤ ਵੱਡੀ ਰਿਕੁਐਸਟ ਹੈ ਕਿ ਪਲੀਜ਼ ਇਸ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ। ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਨੂੰ ਅਤੇ ਕੈਮਰਾਮੈਨ ਬਿੰਦਰ ਨੂੰ ਜਾਣ ਦੀ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਪੰਜ ਦਰਿਆ ਨਿਊਜ਼।